ਦੇਖੋ ਜੀ, ਮੌਸਮੀ ਸੂਰਤ ਹਾਲ ਜਿਹੜੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਗੰਦਮ ਦੀ ਕਟਾਈ ਜਿਹੜੀ ਹੈ ਉਹਦਾ ਅਮਲ ਕਰਨਾ ਚਾਹੀਦਾ, ਕਿਉਂਕਿ ਕਣਕਾਂ ਜਿਹੜੀਆਂ ਨੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਾ ਦੇ ਵਿੱਚ ਇਸ ਟਾਈਮ ਕਣਕਾਂ ਬਿਲਕੁਲ ਤਿਆਰ ਹੈ। ਮੇਰੇ ਸਾਹਮਣੇ ਮੇਰੇ ਬੈਕ ਸਾਈਡ ਤੇ ਵੀ ਤੁਹਾਨੂੰ ਗਰਮਦੀਪ ਸੀ, ਕਣਕ ਮਾਸ਼ਾਅੱਲਾ ਤਿਆਰ ਹੈ, ਲੇਕਿਨ ਕੁਛ ਵਰਾਇਟੀਆਂ ਐਸੀਆਂ ਹਨ ਜਿਹੜੀਆਂ ਬਿਲਕੁਲ ਤਿਆਰ ਹੋ ਚੁੱਕੀਆਂ, ਜਿਸ ਤਰੀਕੇ ਕਿ ਅਕਬਰ ਹੈ ਜਾਂ ਦਿਲਕਸ਼ ਵਗੈਰਾ ਹੈ, ਕਿਉਂਕਿ ਇਹ ਅਗਰ ਜ਼ਿਆਦਾ ਮਤਲਬ ਪੱਕ ਜਾਵੇ ਤੇ ਫਿਰ ਇਹਨਾਂ ਦੇ ਬੁਰਨ ਦਾ ਵੀ ਜ਼ਿਆਦਾ ਖਤਰਾ ਹੁੰਦਾ। ਇਸ ਵਾਸਤੇ ਇਹਨਾਂ ਦੀ ਕਟਾਈ ਜਿਹੜੀ ਹੈ ਉਹ ਜਲਦੀ ਦੂਸਰਿਆਂ ਦੀ ਨਿਸਬਤ ਕਰ ਲੈਣੀ ਚਾਹੀਦੀ। ਅਸਲਾਮ ਅਲੈਕੁਮ ਮੇਰੇ ਕਾਸ਼ਤਕਾਰ ਵੀਰੋ, ਕੀ ਹਾਲ ਹੈ ਤੁਹਾਡੇ? ਉਮੀਦ ਕਰਦਾ ਕਿ ਤੁਸੀਂ ਠੀਕ ਹੋ ਸੋ। ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ ਹੈ, ਮੈਂ ਵੀ ਠੀਕ ਹਾਂ। ਅੱਛਾ ਜੀ, ਅੱਜ ਦੀ ਵੀਡੀਓ ਹੈ ਕਿ ਮੁਤਵੱਕਾ ਬਾਰਿਸ਼ ਦੇ ਪੇਸ਼ੇ ਨਜ਼ਰ ਜਿਹੜਾ ਗੰਦਮ ਦੀ ਕਟਾਈ 2024 ਇਹ ਜਾਰੀ ਰੱਖਣੀ ਚਾਹੀਦੀ ਹੈ ਜਾਂ ਰੁਕ ਜਾਵਣਾ ਹੀ ਬਿਹਤਰ ਹੈ? ਦੇਖੋ ਜੀ, ਮੌਸਮੀ ਸੂਰਤ ਹਾਲ ਜਿਹੜੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਗੰਦਮ ਦੀ ਕਟਾਈ ਜਿਹੜੀ ਹੈ ਉਹਦਾ ਅਮਲ ਕਰਨਾ ਚਾਹੀਦਾ, ਕਿਉਂਕਿ ਕਣਕਾਂ ਜਿਹੜੀਆਂ ਨੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਾ ਦੇ ਵਿੱਚ ਇਸ ਟਾਈਮ ਕਣਕਾਂ ਬਿਲਕੁਲ ਤਿਆਰ ਹੈ। ਮੇਰੇ ਸਾਹਮਣੇ ਮੇਰੇ ਬੈਕ ਸਾਈਡ ਤੇ ਵੀ ਤੁਹਾਨੂੰ ਗਰਮਦੀਪ ਸੀ, ਕਣਕ ਮਾਸ਼ਾਅੱਲਾ ਤਿਆਰ ਹੈ, ਲੇਕਿਨ ਕੁਛ ਵਰਾਇਟੀਆਂ ਐਸੀਆਂ ਹਨ ਜਿਹੜੀਆਂ ਬਿਲਕੁਲ ਤਿਆਰ ਹੋ ਚੁੱਕੀਆਂ, ਜਿਸ ਤਰੀਕੇ ਕਿ ਅਕਬਰ ਹੈ ਜਾਂ ਦਿਲਕਸ਼ ਵਗੈਰਾ ਹੈ, ਕਿਉਂਕਿ ਇਹ ਅਗਰ ਜ਼ਿਆਦਾ ਮਤਲਬ ਪੱਕ ਜਾਵੇ ਤੇ ਫਿਰ ਇਹਨਾਂ ਦੇ ਬੁਰਨ ਦਾ ਵੀ ਜ਼ਿਆਦਾ ਖਤਰਾ ਹੁੰਦਾ। ਇਸ ਵਾਸਤੇ ਇਹਨਾਂ ਦੀ ਕਟਾਈ ਜਿਹੜੀ ਹੈ ਉਹ ਜਲਦੀ ਦੂਸਰਿਆਂ ਦੀ ਨਿਸਬਤ ਕਰ ਲੈਣੀ ਚਾਹੀਦੀ, ਲੇਕਿਨ ਇਹ ਕਿ ਬਾਰਿਸ਼ ਸਪੈਲ ਦੱਸਦੇ ਪੈਣ ਤਕਰੀਬਨ 12 ਤਰੀਕ ਤੋਂ ਲੱਗ ਕੇ 16 ਤਰੀਕ ਤੱਕ ਜਾਂ 21 ਤਰੀਕ ਤੱਕ ਮੁਲਕ ਦੇ ਮੁਖਤਲਿਫ ਜ਼ਿਲ੍ਹਾ ਦੇ ਵਿੱਚ ਬਾਰਿਸ਼ ਹੋ ਸੀ, ਆਂਧੀ ਦਾ ਵੀ ਖਤਰਾ ਹੈ। ਲੇਕਿਨ ਮੇਰੀ ਕਾਸ਼ਤਕਾਰਾਂ ਵਾਸਤੇ ਇਹੀ ਦਰਖਾਸਤ ਹੈ ਕਿ ਜਾਂ ਤਾਂ 12 ਤਰੀਕ ਤੱਕ ਜਿਹੜੇ ਬੰਦੇ ਹਾਰਵੈਸਟਰ ਦੇ ਜ਼ਰੀਏ ਜਾਂ ਰੈਪਰ ਦੇ ਜ਼ਰੀਏ ਜਾਂ ਹੱਥਾਂ ਦੀ ਕਟਾਈ ਦੇ ਜ਼ਰੀਏ ਅਗਰ ਉਹ ਆਦਿ ਕਣਕ ਉਠਾ ਸਕਦੇ ਨੇ, ਯਾਨੀ ਕਿ ਥ੍ਰੈਸ਼ਰ ਕਰ ਸਕਦੇ, ਫਿਰ ਤਾਂ ਉਹਨਾਂ ਨੂੰ ਕਟਾਈ ਦਾ ਅਮਲ ਜਿਹੜਾ ਹੈ ਉਹ ਜਾਰੀ ਰੱਖਣਾ ਚਾਹੀਦਾ। ਵਰਨਾ ਅਗਰ ਉਹ ਕਟਾਈ ਕਰਕੇ ਥੱਬੇ ਜਾਂ ਇੱਕ ਪੇੜ ਜਿਸ ਤਰੀਕੇ ਆਪ ਆਖਦੇ ਹਾਂ ਇਸ ਤਰੀਕੇ ਅਗਰ ਉਹ ਰੱਖ ਦੇਣ ਤੇ ਫਿਰ ਉੱਤੋਂ ਅਗਰ ਬਾਰਿਸ਼ ਆ ਜਾਂਦੀ ਜਾਂ ਆਂਧੀ ਆ ਜਾਂਦੀ ਤੇ ਉਹਦੇ ਵਿੱਚ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਵਾਸਤੇ ਜਾਂ ਤਾਂ 12 ਤਰੀਕ ਤੱਕ, ਕਿਉਂਕਿ ਹਾਲੇ ਥੋੜਾ ਗੈਪ ਹੈ, 2-3 ਦਿਨ ਹਾਲੇ ਬਾਕੀ ਨੇ, ਅਗਰ ਇਹਨਾਂ 2-3 ਦਿਨਾਂ ਦੇ ਅੰਦਰ ਹੋ ਸਕਦਾ ਹੈ ਕਿਸੇ ਇਲਾਕੇ ਦੇ ਵਿੱਚ ਬਾਰਿਸ਼ ਨਾ ਵੀ ਹੋਵੇ, ਲੇਕਿਨ ਆਂਧੀ ਜ਼ਰੂਰ ਆ ਸਕਦੀ ਹੈ। ਇਸ ਵਾਸਤੇ ਇਸ ਮੌਸਮੀ ਸੂਰਤ ਹਾਲ ਨੂੰ ਮੱਦੇਨਜ਼ਰ ਰੱਖਦੇ ਹੋਇਆ ਮੇਰੇ ਕਾਸ਼ਤਕਾਰ ਵੀਰਾਂ ਨੂੰ ਚਾਹੀਦਾ ਕਿ ਜਿਹੜੇ ਇਲਾਕੇ ਦੇ ਵਿੱਚ ਕਣਕ ਦੀ ਫਸਲ ਤਿਆਰ ਹੈ ਉਹ ਜਾਂ ਤਾਂ ਬਜ਼ਰੀਆ ਹਾਰਵੈਸਟਰ ਜਾਂ ਬਜ਼ਰੀਆ ਰੈਪਰ ਜਾਂ ਹੱਥਾਂ ਦੀ ਕਟਾਈ ਨਾਲ ਅਗਰ ਉਹ 2-3 ਦਿਨ ਦੇ ਅੰਦਰ ਕਣਕ ਆਪਣੀ ਉਠਾ ਸਕਦੇ ਤੇ ਫਿਰ ਉਹਨਾਂ ਨੂੰ ਚਾਹੀਦਾ ਕਿ ਉਹ ਕਟਾਈ ਦਾ ਅਮਲ ਬਿਲਕੁਲ ਜਾਰੀ ਰੱਖੇ। ਵਰਨਾ ਅਗਰ ਖਲੋਤੀ ਰਹੇ ਕਣਕ ਤੇ ਇਤਨਾ ਨੁਕਸਾਨ ਨਹੀਂ ਹੁੰਦਾ, ਅਗਰ ਬਾਰਿਸ਼ ਤੋਂ ਬਾਅਦ ਯਾਨੀ ਕਿ ਬਾਰਿਸ਼ ਸਪੈਲ ਤੋਂ ਬਾਅਦ ਉਹ ਆਦਿ ਕਣਕ ਜਿਹੜੀ ਹੈ ਉਸ ਦੀ ਦੁਬਾਰਾ ਕਟਾਈ ਨੂੰ ਕਟਾਈ ਕਰ ਸਕਦੇ ਹਨ ਬਜ਼ਰੀਆ ਹਾਰਵੈਸਟਰ ਜਾਂ ਜੋ ਵੀ ਹੱਥਾਂ ਨਾਲ ਕਟਾਈ ਹੈ ਜਿਸ ਤਰੀਕੇ, ਕਿਉਂਕਿ ਅਗਰ ਬਾਰਿਸ਼ ਸਪੈਲ ਦੇ ਦੌਰਾਨ ਅਗਰ ਕਣਕ ਤੁਹਾਡੀ ਮਿਸਾਲ ਵੱਡੀ ਪਈ ਹੁੰਦੀ ਤੇ ਫਿਰ ਉਹਦਾ ਨੁਕਸਾਨ ਹੈ, ਕਿਉਂਕਿ ਬਾਰਿਸ਼ ਆ ਗਈ ਫਿਰ 4 ਦਿਨ ਹੋਰ ਲੇਟ ਹੋ ਜਾਂਦੀ, ਅਗਰ ਹੋ ਸਕਦਾ ਹੈ ਕਿ 2-3 ਦਫ਼ਾ ਅਗਰ ਬਾਰਿਸ਼ ਆ ਜਾਂਦੀ ਤੇ ਫਿਰ ਉਹ ਸਿੱਟੀਆਂ ਜਿਹੜੀਆਂ ਦਾਣੇ ਜਿਹੜੇ ਨੂੰ ਵਿੱਚ ਜੰਮਣ ਦਾ ਖਤਰਾ ਹੁੰਦਾ। ਇਸ ਵਾਸਤੇ ਮੌਸਮੀ ਸੂਰਤ ਹਾਲ ਨੂੰ ਮੱਦੇਨਜ਼ਰ ਰੱਖਦੇ ਹੋ, ਵੈਸੇ ਤਾਂ ਹਰ ਕਾਸ਼ਤਕਾਰ ਦੇ ਕੋਲ ਇਸ ਟਾਈਮ ਮੋਬਾਈਲ ਜਿਹੜੇ ਹਨ ਉਹ ਮੌਜੂਦ ਨੇ ਔਰ ਨੈੱਟ ਹਰ ਬੰਦੇ ਕੋਲ ਅਵੇਲੇਬਲ ਹੁੰਦਾ, ਹਰ ਬੰਦਾ ਆਗਾਹੀ ਰੱਖਦਾ ਹੈ ਮੌਸਮੀ ਸੂਰਤ ਹਾਲ ਦੀ ਤੇ ਮੌਸਮੀ ਸੂਰਤ ਹਾਲ ਨੂੰ ਮੱਦੇਨਜ਼ਰ ਰੱਖਦੇ ਹੋਇਆ ਆਪਣੀ ਫਸਲ ਦਾ ਦੇਖਭਾਲ ਕਰਨੀ ਚਾਹੀਦੀ ਔਰ ਆਪਣੀ ਫਸਲ ਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਇਸ ਵਕਤ ਫਸਲ ਜਿਹੜੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਅਜੇ ਤਿਆਰ ਨਹੀਂ ਹੈ, ਸਾਵੀਆਂ ਖਲੋਤੀਆਂ ਕਣਕਾਂ, ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਬਲਕਿ ਉਹਨਾਂ ਦਾ ਤਾਂ ਫਾਇਦਾ ਹੀ ਹੈ ਬਾਰਿਸ਼ਾਂ ਨਾਲ, ਲੇਕਿਨ ਪੰਜਾਬ ਦੇ ਮੁਖਤਲਿਫ ਜਿਹੜੇ ਜ਼ਰਖੇਜ਼ ਇਲਾਕੇ ਉਹਨਾਂ ਦੇ ਅੰਦਰ ਜਿਹੜੀਆਂ ਕਣਕਾਂ ਹਨ ਉਹ ਬਿਲਕੁਲ ਇਸ ਟਾਈਮ ਕਟਾਈ ਦੇ ਅਮਲ ਦੇ ਬਿਲਕੁਲ ਕਰੀਬ ਹਨ, ਕਿਹਨਾਂ ਇਲਾਕਿਆਂ ਦੇ ਵਿੱਚ ਕਟਾਈ ਦਾ ਅਮਲ ਜਾਰੀ ਹੈ। ਇਸ ਵਾਸਤੇ ਅਗਰ ਬਾਰਿਸ਼ ਦੇ ਇਮਕਾਨ ਹੈ ਜੇ ਆਪਣਾ 12 ਤਰੀਕ ਤੋਂ ਲੱਗਦੇ 16 ਦੇ ਦਰਮਿਆਨ ਜਾਂ 21 ਦੇ ਦਰਮਿਆਨ ਤੇ ਉਹਨਾਂ ਨੂੰ ਚਾਹੀਦਾ ਕਿ ਅਗਰ ਉਹ ਕਣਕ ਆਪਣੀ ਉਠਾ ਸਕਦੇ ਹਨ ਪਹਿਲੇ ਬਜ਼ਰੀਆ ਹਾਰਵੈਸਟਰ ਜਾਂ ਬਜ਼ਰੀਆ ਰੈਪਰ ਤੇ ਫਿਰ ਉਹਨਾਂ ਨੂੰ ਆਪਣੀ ਕਟਾਈ ਦਾ ਅਮਲ ਜਾਰੀ ਰੱਖਣਾ ਚਾਹੀਦਾ, ਵਰਨਾ ਆਪਣਾ ਜਿਹੜਾ ਕਟਾਈ ਦਾ ਅਮਲ ਹੈ ਉਹਨੂੰ ਰੋਕ ਲੈਣਾ ਹੀ ਬਿਹਤਰ ਹੈ। ਇਹ ਮੇਰੀ ਅੱਜ ਦੀ ਵੀਡੀਓ ਆਈ, ਮੇਰਾ ਅੱਜ ਦਾ ਪੈਗਾਮ, ਉਮੀਦ ਕਰਦਾ ਕਿ ਗੱਲ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚੀ, ਤੁਹਾਨੂੰ ਪਸੰਦ ਹੋਸੀ, ਅਗਰ ਇਹ ਮੇਰੀ ਵੀਡੀਓ ਮੇਰੀ ਗੱਲ ਤੁਹਾਡੇ ਤੱਕ ਪਹੁੰਚੇ ਤੁਹਾਨੂੰ ਪਸੰਦ ਆਵੇ ਇਸ ਵੀਡੀਓ ਨੂੰ ਲਾਈਕ ਔਰ ਕਮੈਂਟ ਬਾਕਸ ਵਿੱਚ ਜ਼ਰੂਰ ਆਪਣਾ ਕਮੈਂਟ ਜਿਹੜਾ ਹੈ ਉਹ ਮੈਨੂੰ ਕਰਿਆ ਤਾਂ ਕਿ ਮੇਰੇ ਨੌਲੇਜ ਵਿੱਚ ਇਜ਼ਾਫਾ ਹੁੰਦਾ ਔਰ ਆਪਣੀ ਰਾਏ ਦਾ ਇਜ਼ਹਾਰ ਮੇਰੇ ਨਾਲ ਜ਼ਰੂਰ ਕਰਿਆ। ਆਪਾਂ ਮਿਲਦੇ ਹਾਂ ਇੱਕ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਅੱਲਾ ਹਾਫਿਜ਼।